ਬੀਬੀ ਹਰਸਿਮਰਤ ਕੌਰ ਜੀ ਕੋਲੋਂ ਅਸਤੀਫਾ ਦਵਾਇਆ, ਵਾਪਸ ਲਿਆਂਦਾ। ਬਾਦਲ ਸਾਹਿਬ ਥੋੜਾ ਜਿਹਾ ਦੱਸੋ ਤਾਂ ਸਹੀ, ਜਿਹੜੀਆਂ ਗੋਲੀਆਂ ਵੱਜੀਆਂ ਨੇ, 300 ਬੰਦਾ ਸਾਡਾ ਫਟੜ ਪਿਆ, ਹਰਿਆਣੇ ਦੀ ਸਰਕਾਰ ਭਾਜਪਾ ਦੀ ਸਰਕਾਰ ਨੇ ਗੋਲੀਆਂ ਮਾਰੀਆਂ, ਕੀ ਤੁਸੀਂ ਉਸ ਪਾਰਟੀ ਦੇ ਨਾਲ ਹੁਣ ਫਿਰ ਅਲਾਇੰਸ ਕਰਨ ਚੱਲੇ ਹੋ? ਦੋ ਚੀਜ਼ਾਂ ਮੋਟੀਆਂ ਸਮਝ ਲਓ, ਭਾਜਪਾ ਵਪਾਰੀਆਂ ਦੀ ਪਾਰਟੀ, ਕਿਸਾਨੀ ਤੇ ਵਪਾਰੀਆਂ ਦੇ ਇੱਕ ਪੇਟ। ਜੇ ਕਿਸਾਨਾਂ ਨੂੰ ਪੈਸੇ ਵੱਧ ਮਿਲਣਗੇ ਤੇ ਵਪਾਰੀ ਦਾ ਪੇਟ ਕੱਟਿਆ ਜਾਏਗਾ, ਜੇ ਵਪਾਰੀ ਨੂੰ ਵੱਧ ਮਿਲਣਗੇ ਤੇ ਕਿਸਾਨੀ ਦਾ ਕੱਟਿਆ ਜਾਏਗਾ। ਚਾਰ ਕਾਲੇ ਕਾਨੂੰਨ ਮੋਦੀ ਸਾਹਿਬ 6 ਮਹੀਨੇ ਡਿਸਕਸ਼ਨ ਤੋਂ ਬਾਅਦ ਲੈ ਕੇ ਆਏ ਸੀ। ਹਰਸਿਮਰਤ ਕੌਰ ਜੀ ਹਿੱਸੇਦਾਰ ਸਨ, ਸ਼ੀ ਐਗਜੈਕਟਲੀ ਨਿਊ ਕਿ ਕਾਨੂੰਨ ਕੀ ਆ ਰਹੇ ਨੇ, ਐਂਟੀ ਪੰਜਾਬ ਨੇ, ਐਂਟੀ ਭਾਰਤ। ਜਦੋਂ ਮੌਕੇ ਤੇ ਕਾਨੂੰਨ ਆਏ, ਵੱਡੇ ਪੈਮਾਨੇ ਤੇ ਸਾਰੇ ਹਿੰਦੁਸਤਾਨ ਚ ਬਗਾਵਤ ਹੋ ਗਈ, ਵਿਸ਼ੇਸ਼ ਤੌਰ ਪੰਜਾਬ ਚ ਹੋਈ, ਤੇ ਕਿਸਾਨ ਯੂਨੀਅਨ ਨੇ ਜਾ ਕੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਉਹਨਾਂ ਦੇ ਪਿੰਡ ਬਾਦਲ ਪਿੰਡ ਚ ਮੋਰਚਾ ਲਾ ਦਿੱਤਾ। ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਿਰ ਤੁਹਾਨੂੰ ਯਾਦ ਹੋਏਗਾ, ਉਸ ਤੋਂ ਪਹਿਲੇ ਹਰਸਿਮਰਤ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਤੇ ਲੇਟ ਸਵਰਗੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਇਹਨਾਂ ਨੇ ਵਕਾਲਤ ਕਰਾਈ ਹੈ ਕਾਲੇ ਕਾਨੂੰਨਾਂ ਦੀ। ਤੇ ਜਦੋਂ ਵੱਡੀ ਬਗਾਵਤ ਹੋ ਗਈ, ਲੋਕ ਨਹੀਂ ਰੁਕੇ, ਤੇ ਫਿਰ ਇਹਨਾਂ ਸੋਚਿਆ ਕਿ ਸਾਡਾ ਤਾਂ ਬਿਲਕੁਲ ਲੋਕਾਂ ਵਿੱਚ, ਕਿਸਾਨੀ ਦੇ ਵਿੱਚ, ਕਿਉਂਕਿ ਬੈਕਗਰਾਉਂਡ ਜਿਹੜੀ ਬੇਸਿਕ ਸਟਰੈਂਥ ਹੈ ਅਕਾਲੀ ਦਲ ਦੀ ਉਹ ਪਿੰਡਾਂ ਦੀ, ਉਹਨਾਂ ਨੇ ਵੇਖਿਆ ਕਿ ਹਮੇਸ਼ਾ ਵਾਸਤੇ ਕੱਟ ਆਫ ਹੋ ਜਾਣਗੇ। ਫਿਰ ਬੀਬੀ ਹਰਸਿਮਰਤ ਕੌਰ ਜੀ ਕੋਲੋਂ ਅਸਤੀਫਾ ਦਵਾਇਆ, ਵਾਪਸ ਲਿਆਂਦਾ। ਮੈਂ ਅੱਜ ਪੁੱਛਣਾ ਚਾਹਾਂਗਾ ਸਾਹਿਬ ਸੁਖਬੀਰ ਸਿੰਘ ਜੀ, ਬਾਦਲ ਸਾਹਿਬ ਥੋੜਾ ਜਿਹਾ ਦੱਸੋ ਤਾਂ ਸਹੀ, ਜਿਹੜੀਆਂ ਗੋਲੀਆਂ ਵੱਜੀਆਂ ਨੇ, 300 ਬੰਦਾ ਸਾਡਾ ਫਟੜ ਪਿਆ, ਹਰਿਆਣੇ ਦੀ ਸਰਕਾਰ ਭਾਜਪਾ ਦੀ ਸਰਕਾਰ ਨੇ ਗੋਲੀਆਂ ਮਾਰੀਆਂ, ਸੈਂਟਰ ਦੇ ਕਹਿਣ ਤੇ ਵੱਜੀਆਂ, ਸ਼ੁਭਕਰਨ ਸਿੰਘ ਦੀ ਸ਼ਹਾਦਤ ਹੋ ਚੁੱਕੀ ਹੈ, 8 ਬੰਦੇ ਹੋਰ ਨੈਚੁਰਲ ਕਾਜ਼ਸ ਕਾਰਨ ਉੱਥੇ ਡੈਥ ਹੋ ਚੁੱਕੀ ਹੈ, ਕੀ ਇਹ ਕਤਲਾਂ ਦੇ ਵਿੱਚ ਫਿਰ ਤੁਹਾਡਾ ਹੱਥ ਹੈ ਨੀ? ਕੀ ਤੁਸੀਂ ਉਸ ਪਾਰਟੀ ਦੇ ਨਾਲ ਹੁਣ ਫਿਰ ਅਲਾਇੰਸ ਕਰਨ ਚੱਲੇ ਹੋ, ਜਿਹਨੇ ਪਹਿਲੇ ਕਾਲੇ ਕਾਨੂੰਨ ਲੈ ਕੇ ਆਂਦੇ ਕਿਸਾਨੀ ਦੇ ਖਿਲਾਫ, ਅੱਜ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਫਟੜ ਕਰਕੇ ਰੱਖਿਆ ਜੀ? ਅੱਜ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ ਕਿਸਾਨਾਂ ਨੂੰ ਆਪਣੇ ਕੈਪੀਟਲ ਦੇ ਵਿੱਚ ਪਹੁੰਚਣ ਦਾ ਅਧਿਕਾਰ ਕੋਈ ਨਹੀਂ, 3-3 ਇੰਚ ਦੇ ਕਿੱਲੇ ਲਾਏ ਨੇ ਉੱਥੇ, ਜੇ ਗੋਲੀਆਂ ਮਾਰੀਆਂ ਜਾ ਰਹੀਆਂ, 1-1 ਹਫ਼ਤਾ 10-10 ਦਿਨ ਗਵਰਨਮੈਂਟ ਆਫ ਪੰਜਾਬ ਪ੍ਰੋਟੈਕਟ ਆਪਣੇ ਲੋਕਾਂ ਨੂੰ ਨਹੀਂ ਕਰ ਸਕੀ ਜੀ। ਕੀ ਮੈਂ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ? ਕੀ ਬੰਦੀ ਸਿੰਘਾਂ ਦਾ ਸਾਰੇ ਛਡਾ ਦਿੱਤੇ ਨੇ ਇਹਨਾਂ ਨੇ ਸੈਂਟਰ ਸਰਕਾਰ ਕੋਲੋਂ? ਕੀ ਅੰਮ੍ਰਿਤਪਾਲ ਸਿੰਘ ਹੋਣੀ ਅਸਾਮ ਦੀਆਂ ਤੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਚੋਂ ਛੁੱਟ ਗਏ ਨੇ ਜੀ ਸਾਰੇ? ਤੇ ਜੇ ਕਰਨਗਾ ਸੀ ਤੇ ਵੈਲਕਮ ਕਰਾਂਗੇ। ਦੋ ਚੀਜ਼ਾਂ ਮੋਟੀਆਂ ਸਮਝ ਲਓ, ਭਾਜਪਾ ਵਪਾਰੀਆਂ ਦੀ ਪਾਰਟੀ, ਕਿਸਾਨੀ ਤੇ ਵਪਾਰੀਆਂ ਦੇ ਇੱਕ ਪੇਟ। ਜੇ ਕਿਸਾਨਾਂ ਨੂੰ ਪੈਸੇ ਵੱਧ ਮਿਲਣਗੇ ਤੇ ਵਪਾਰੀ ਦਾ ਪੇਟ ਕੱਟਿਆ ਜਾਏਗਾ, ਜੇ ਵਪਾਰੀ ਨੂੰ ਵੱਧ ਮਿਲਣਗੇ ਤੇ ਕਿਸਾਨੀ ਦਾ ਕੱਟਿਆ ਜਾਏਗਾ। ਉਹ ਕਿਸਾਨਾਂ ਨੂੰ ਤੇ ਆਸ ਉਮੀਦ, ਕਿਸਾਨ ਨੂੰ ਤੇ ਖੇਤ ਮਜ਼ਦੂਰ ਨੂੰ ਤੇ ਗਰੀਬ ਆਦਮੀ ਨੂੰ ਤੇ ਦਲਿਤ ਵਰਗ ਨੂੰ, ਪਛੜੀਆਂ ਸ਼੍ਰੇਣੀਆਂ ਨੂੰ ਕੋਈ ਮੋਦੀ ਤੋਂ ਆਸ ਹੈ ਨਾ, ਇਹਨਾਂ ਨੇ ਕੋਈ ਤੁਹਾਨੂੰ ਦੇਣਾ ਹੀ ਹੈ। ਤੇ ਪੰਜਾਬ ਨੂੰ ਜਾਣ ਬੁੱਝ ਕੇ ਇਹਨਾਂ ਨੇ ਆਰਥਿਕ ਤੌਰ ਤੇ ਕਮਜ਼ੋਰ ਰੱਖਿਆ, ਸਾਡੇ ਬਾਰਡਰ ਜਿਹੜੇ ਨੇ ਉਹ ਬੰਦ ਕਰਕੇ ਰੱਖੇ ਨੇ। ਸੋ ਇਸ ਗੱਲ ਕਰ ਰਹੇ, ਇਹਨਾਂ ਤੋਂ ਤੁਹਾਨੂੰ ਕੋਈ ਆਸ ਉਮੀਦ ਨਹੀਂ ਤੇ ਨਾ ਭਾਜਪਾ ਨਾਲ। ਤੁਸੀਂ ਵੇਖੋ ਐਤਕੀ ਲੋਕ ਕਰਦੇ ਕੀ ਨੇ, ਜਦੋਂ ਇੱਥੇ ਕਿਸਾਨ ਹੁਣ ਵਿਹਲੇ ਹੋ ਕੇ ਬਾਰਡਰਾਂ ਤੋਂ ਪੰਜਾਬ ਦੇ ਪਿੰਡਾਂ ਜਾਣੇ, ਤੇ ਜਦੋਂ ਪੰਜਾਬ ਦੇ ਪਿੰਡਾਂ ਤੁਰ ਕੇ ਤੁਸੀਂ ਆਪੇ ਵੇਖ ਲਿਓ ਇਹਨਾਂ ਨਾਲ ਕੀ ਹੋਏ।